18.5 लाख मेरी एक 6 लाख की एफ डी सी एक 7 की मेरा 4.5 लाख रुपया जी 3,88,000 3 लाख ने नेड़ तेड़ 2 लाख की एफ डी आ 75,000 मेरा खुला खाते चार 55,000 जी मेरा जी 80,000 रुपया 96,600 नकद पाया भाई जी 40,000 फीड का बजुर्गों की सबसिडी है 1,05,000 3 कापियां जी 40,000 की फीड उन्होंने 40,000 आ जी साडा तो कापी तो एरा वेरी करी है जी 1.5 लाख की करी भी 9,000 का मेरा कंप्लान मेरा तरले किते दी मां ने पैरी पै गई मेरे को पैसा कोई नहीं सारा कुछ मेरे को जो इन्हों देता कुछ नहीं मेरे घर छत्ता चौंधिया 3 महीने मैं कुड़ी को लाके आई हाँ उसने मिट्टी पाने भी है नहीं भी कोई मिट्टी उत्ते पा दे मैं मिस्त्रियों नाल दिहाड़ियाँ करदा मेरी कुड़ी 20-21 साल की आ जिदा मैं ब्याह करना गा मैनू मजबूर पता नहीं की होगा मेरे नाल अगे जाके11-12 किले ਜਿਹੜੇ ਹੈਗੇ ਮੁੱਲ ਖਰੀਦੇ ਨੇਗੇ ਹੋਰ ਵੀ ਐਸੋ ਆਰਾਮ ਦੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਖਰੀਦੀਆਂ ਨੇ 95% ਮੈਂਬਰਾਂ ਦੇ ਨਾਲ ਕੋਈ ਨਾ ਕੋਈ ਠੱਗੀ ਜਾਂ ਜ਼ਰੂਰੀ ਵਸਤਾਂ ਫੀਡ 'ਚ ਜਾਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜਾ ਇਹ ਕੰਪੋਨੈਂਟ ਨਗਦ ਕੈਸ ਆ ਉਹ ਜਿਹੜਾ ਵੱਧ ਨਿਕਲਿਆ ਵਾ ਪ੍ਰਧਾਨ ਜੀ ਕੀ ਮਾਮਲਾ ਸਾਰਾ ਕਿਵੇਂ ਲੋਕਾਂ ਨਾਲ ਠੱਗੀ ਵੱਜੀ ਕਿਸ ਤਰੀਕੇ ਨਾਲ ਸ਼ੁਰੂਆਤ ਹੋਈ ਸਾਰਾ ਦੱਸੋ ਵੀ ਜੀ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਇਹ ਸੈਕਟਰੀ ਹੈਗਾ ਇਹ ਪ੍ਰਮੋਟ ਹੋ ਕੇ 2012 'ਚ ਇਹ ਸੈਕਟਰੀ ਬਣਿਆ ਸੀਗਾ ਉਸ ਤੋਂ ਬਾਅਦ ਕੀ ਹੋਇਆ ਨਾ ਜਿਵੇਂ ਸਾਡੇ ਦੇਣ ਲੈਣ ਕਰਦੇ ਸੀਗੇ ਇਹ ਜਿਹੜਾ ਹੈਗਾ ਗਾ ਜੇ ਕੋਈ ਮੈਂਬਰ ਨੇ ਚੈੱਕ ਦੇ ਤੇ ਆਪਦੇ ਅਸੀਂ ਤਾਂ 2 ਚੈੱਕ ਸਾਡੇ ਮੈਂਬਰ ਇਹ ਦਿੰਦੇ ਸੀ ਵੀ ਇੱਕ ਦੇ ਉੱਤੇ ਸਾਨੂੰ ਜਿਹੜਾ ਨਗਦ ਰੁਪਈਏ ਮਿਲਣ ਅਤੇ ਦੂਜੇ ਚੈੱਕ ਦੇ ਉੱਤੇ ਸਾਡਾ ਜਿਹੜਾ ਅਸੀਂ ਕੋਈ ਰੇਹ ਤੇਲ ਲੈਤਾ ਉਹਦੇ ਪੈਸੇ ਕੱਟੇ ਜਾਣ ਪਰ ਬੈਂਕ ਦੀ ਤੇ ਜਿਹੜਾ ਮਹਿਕਮੇ ਦੀ ਮਿਲੀ ਭੁਗਤ ਦੇ ਨਾਲ ਕੀ ਸੀ ਵੀ ਸਾਨੂੰ ਜਿਹੜਾ ਸਾਡਾ ਰੇਹ ਤੇਲ ਤੇ ਜਿਹੜੇ ਸਾਡੇ ਨਗਦ ਰੁਪਈਏ ਹੁੰਦੇ ਸੀ ਉਹ ਇੱਕੋ ਚੈੱਕ ਦੇ ਉੱਤੇ ਐਡਵਾਂਸ ਹੋ ਜਾਂਦੇ ਸੀਗੇ ਜਿਹੜਾ ਸਾਡਾ ਦੂਜਾ ਖਾਲੀ ਚੈੱਕ ਇਹਦੇ ਕੋਲ ਸਾਡੇ ਸਾਈਨ ਕੀਤਿਆਂ ਵਾਲਾ ਰਹਿ ਜਾਂਦਾ ਸੀਗਾ ਉਹਦੇ ਉੱਤੇ ਸਾਨੂੰ ਇਹ ਬੈਂਕ ਦੀ ਮਿਲੀ ਭੁਗਤ ਨਾਲ ਇੱਕ ਜਾਲੀ ਫੀਡ ਫੈਕਟਰੀ ਦੇ ਬਿੱਲ ਲਾ ਕੇ ਜਿਹੜੀ ਨੇ ਆਪਦੇ ਨਾਂ ਤੇ ਬਣਾਈ ਵੀ ਸੀ ਸਾਡੇ ਨਾਲ ਉਹਦੇ ਵਿੱਚ ਵੀ ਕਰੋੜਾਂ ਰੁਪਈਆਂ ਦਾ ਜਿਹੜਾ ਸਾਡਾ ਗਬਨ ਕੀਤਾ ਉਸ ਤੋਂ ਬਾਅਦ ਜਿਵੇਂ ਸਾਡਾ ਨਗਦ ਦੇਣ ਲੈਣਾ ਗਾ ਮੰਨ ਲਓ ਮੇਰਾ 1,00,000 ਰੁਪਈਏ ਦਾ ਨਗਦ ਦੇਣ ਲੈਣ ਹੋ ਸਕਦਾ ਪਰ ਬੈਂਕ ਦੇ ਵਿੱਚ ਜਾਲੀ ਡਾਕੂਮੈਂਟ ਇਹਨੇ ਆਪਦੇ ਪੱਧਰ ਦੇ ਉੱਤੇ ਲਾ ਕੇ ਬੈਂਕ ਦੀ ਮਿਲੀ ਭੁਗਤ ਨਾਲ ਉਹਨੂੰ ਵੀ 1.5 ਲੱਖ ਦਾ ਕਰ ਲਿਆ ਹਰੇਕ ਮੈਂਬਰ ਦੇ ਜਿਹੜੇ ਹੱਦ ਕਰਜ਼ੇ ਉਹ ਵੀ ਇਹ ਵਧਾਈ ਬੈਠੇ ਸੀਗੇ ਤਾਂ ਉਹਦੇ ਵਿੱਚ ਕੀ ਆ ਸਾਨੂੰ 3-4 ਕਰੋੜ ਰੁਪਏ ਦਾ ਅੰਦਾਜ਼ਾ ਹੈਗਾ ਗਾ ਵੀ ਸਾਡੇ ਨਾਲ ਜਿਹੜਾ ਉਹ ਗਬਨ ਹੋ ਗਿਆ ਸਾਨੂੰ ਪਿਛਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਹੌਲੀ ਹੌਲੀ ਜਦੋਂ ਸਾਨੂੰ ਇੱਕ ਦੂਜੇ ਤੋਂ ਬਿੜਕ ਆਉਣ ਲੱਗੀ ਵੀ ਯਾਰ ਮੇਰੀ ਕਿਸ਼ਤ ਮੈਂ ਭਰਤੀ ਅਤੇ ਉਹ ਬੈਂਕ ਦੇ ਵਿੱਚ ਜਿਹੜੀ ਹੈਗੀ ਆ ਨਹੀਂ ਪਹੁੰਚੀ ਜਦੋਂ ਅਸੀਂ ਸਟੇਟਮੈਂਟਾਂ ਲੈਤੀਆਂ ਸਾਰਿਆਂ ਨੇ ਇਕੱਠੇ ਹੋ ਕੇ ਤਾਂ ਉਹਦੇ 'ਚ ਸਾਨੂੰ ਪਤਾ ਲੱਗਿਆ ਵੀ ਸਾਡੇ ਨਾਲ ਤਾਂ ਬਹੁਤ ਵੱਡੇ ਜਿਹੜੇ ਗਾਬਣ ਹੋਏ ਪਏ ਨੇਗੇ ਅਸੀਂ ਉਹਦੀ ਇੱਕ ਫਿਰ ਇਕੱਠੇ ਹੋ ਕੇ ਜਥੇਬੰਦੀਆਂ ਨੂੰ ਨਾਲ ਲੈ ਕੇ ਕਿਸਾਨ ਜਥੇਬੰਦੀ ਗ੍ਰਾਹਾਂ ਨੂੰ ਅਤੇ ਕਾਦੀਆਂ ਨੂੰ ਨਾਲ ਲੈ ਕੇ ਇੱਥੇ ਦਫ਼ਤਰ ਕੋਲ ਆਏ ਇਹਨਾਂ ਦੇ ਕੋਲ ਇਹਨਾਂ ਨੇ ਇੱਕ ਫਿਰ ਜਾਂਚ ਟੀਮ ਆ ਜਿਹੜੀ ਦਫ਼ਤਰ ਨੇ ਯਾਰ ਦਫ਼ਤਰ ਨੇ ਬਣਾਈ ਜਾਂਚ ਦਾ ਜਿਹੜਾ ਕੰਮ ਸੀ ਉਹ ਫਿਰ ਵਧੀਆ ਚੱਲਿਆ ਯਾਰ ਸਾਹਿਬ ਜਿਹੜੇ ਇੱਥੇ ਰੁਪਿੰਦਰ ਸਿੰਘ ਸਿੱਧੂ ਸੀਗੇ ਵਧੀਆ ਇਮਾਨਦਾਰ ਅਫਸਰ ਸੀ ਉਹ ਉਹਨਾਂ ਨੇ ਸਾਡੀ ਜਿਹੜੀ ਜਾਂਚ ਆ ਪੂਰੀ ਵਧੀਆ ਕੀਤੀ ਪਰ ਉਹਦੇ 'ਚ ਕੀ ਆ ਵੀ ਮਹਿਕਮੇ ਦੇ ਜਿਹੜੇ ਉੱਚ ਅਧਿਕਾਰੀ ਸੀਗੇ ਜਿਨ੍ਹਾਂ ਨੂੰ ਡਰ ਸੀ ਵੀ ਅਸੀਂ ਵਿੱਚ ਫਸਾਂਗੇ ਜੇ ਇਹਦੀ ਜਾਂਚ ਆ ਮੁਕੰਮਲ ਹੋਊਗੀ ਜਾਂ ਬੈਂਕ ਤੋਂ ਜਾਂ ਸੈਕਟਰੀ ਪਰਿਵਾਰ ਬੰਨਿਓਂ ਸਾਰੇ ਬੰਨਿਓਂ ਜਾਂ ਇੱਥੋਂ ਦੇ ਜਿਹੜੇ ਲੋਕਲ ਲੀਡਰ ਸਿੱਪ ਆਪਾਂ ਕਹਿ ਸਕਦੇ ਉਹਨਾਂ ਵੱਲੋਂ ਉਹਨਾਂ ਨੇ ਫਿਰ ਕੀ ਕੀਤਾ ਉਹਨੂੰ ਬਦਲ ਕੇ ਇੱਥੇ ਜਿਹੜੇ ਹੈਗੇ ਏ ਆਰ ਸਾਹਿਬ ਹਰਜੀਤ ਸਿੰਘ ਲੈ ਕੇ ਆਉਂਦੇ ਹਰਜੀਤ ਸਿੰਘ 1 ਸਾਲ ਹੋ ਗਿਆ ਸੀ ਉਹਨਾਂ ਦੀ ਬਦਲੀ ਖਾਤਰ ਵੀ ਬਹੁਤ ਰਾਜਨੀਤਿਕ ਪਹੁੰਚ ਵੀ ਕਰ ਲਈ ਉਹਨਾਂ ਦੀ ਬਦਲੀ ਵੀ ਨਹੀਂ ਹੋਈ ਅੱਜ ਤੱਕ ਉਹ 1 ਸਾਲ ਹੋ ਗਿਆ ਉਹਨਾਂ ਦੀ ਉੱਥੇ ਲਗਭਗ ਜੁਆਇਨਿੰਗ ਨੂੰ ਸਾਡੇ ਕੋਲ ਨਾ ਲੋਕਾਂ ਕੋਲ ਉਹ ਸਭਾ 'ਚ ਵੀ ਨਹੀਂ ਗਏ ਲੋਕਾਂ ਦਾ ਕੋਈ ਹਾਲ ਚਾਲ ਵੀ ਨਹੀਂ ਪੁੱਛਿਆ ਸੌਂਕਾਂ ਇਹੋ ਜਿਹੇ ਫੈਸਲੇ ਸਾਡੇ ਦੇ ਥੋਪ ਰਹੇ ਆ ਜਿਹੜੇ ਜਿਵੇਂ ਕਮੇਟੀਆਂ ਦੀਆਂ ਜ਼ਮੀਨਾਂ ਅਟੈਚ ਕਰ ਦਿਓ ਮੈਂਬਰਾਂ ਨੂੰ ਕਹਿ ਰਿਹਾ ਵੀ ਤੁਸੀਂ ਖਾਲੀ ਚੈੱਕ ਜਿਹੜੇ ਕਿਉਂ ਦਿੱਤੇ ਹੈਗੇ ਉਹ ਸਾਰਾ ਆਪਦੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦਾ ਦੋਸ਼ ਕੱਢਣ ਦੀ ਬਜਾਏ ਆਮ ਲੋਕਾਂ ਨੂੰ ਤੇ ਆਮ ਕਮੇਟੀਆਂ ਨੂੰ ਇਸ ਮਸਲੇ ਦਾ ਮੇਨ ਦੋਸ਼ੀ ਬਣਾ ਕੇ ਮਾਮਲੇ ਨੂੰ ਰਫਾ ਦਫਾ ਕਰਨਾ ਚਾਹੁੰਦੇ ਆ ਸੈਕਟਰੀ ਦੇ ਉੱਪਰ ਕਾਰਵਾਈ ਜਿਹੜੀ ਹੋਈ ਆ ਸੈਕਟਰੀ ਦੇ ਉੱਪਰ ਕਾਰਵਾਈ ਹੋਈ ਜੀ ਸੈਕਟਰੀ ਦੇ ਉੱਤੇ ਪਰਚਾ ਵੀ ਹੋ ਗਿਆ ਸੀਗਾ ਇਹ ਜਿਹੜੇ 7 ਮਹੀਨੇ ਅੰਦਰ ਜੇਲ੍ਹ ਦੇ ਵਿੱਚ ਲਾ ਕੇ ਹੁਣ ਜ਼ਮਾਨਤ ਤੇ ਆਇਆ ਵਾ ਸਾਡਾ ਮੰਗ ਤਾਂ ਵੀਰ ਜੀ ਇਹੀ ਆ ਅਸੀਂ ਤਾਂ ਇਹ ਗੱਲ ਕਹਿੰਦੇ ਵੀ ਸੈਕਟਰੀ ਇਕੱਲਾ ਨਹੀਂ ਦੋਸ਼ੀ ਹੈਗਾ ਸੈਕਟਰੀ ਦੇ ਨਾਲ ਜਿਹੜੇ ਮਹਿਕਮੇ ਦੇ ਅਧਿਕਾਰੀ ਬੈਂਕ ਦੇ ਅਧਿਕਾਰੀ ਆ ਉਹਨਾਂ ਦੇ ਵੀ ਜਿਹੜੇ ਹੈਗੇ ਹੈਗੇ ਪਰਚੇ ਦਰਜ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ ਜਿਹੜੀਆਂ ਕਿ ਸਾਡੀਆਂ ਕਮੇਟੀਆਂ ਦੀਆਂ ਹੋ ਰਹੀਆਂ ਨੇ ਜਦਕਿ ਸਾਡੇ ਸਾਈਨਾਂ ਨਾਲ ਜਾਂ ਅਸੀਂ ਕੋਈ ਇਹੋ ਜਿਹਾ ਮਤਾ ਪਾਇਆ ਹੀ ਨਹੀਂ ਵੀ ਜਿਹਦੇ ਨਾਲ ਕੋਈ ਚੀਜ਼ ਗਲਤ ਹੋਈ ਹੋਵੇ ਤਾਂ ਤਾਂ ਸਾਡੇ ਨਾਲ 2 ਪਿੰਡਾਂ ਦੇ ਲੋਕ ਖੜੇ ਨੇਗੇ ਪਰ ਹੁਣ ਜਿਹੜਾ ਮਹਿਕਮਾ ਗਾ ਇਹ ਸਾਰੇ ਮਸਲੇ 'ਚ ਆਪਦਾ ਮਾਸ ਬਚਾਉਣ ਦਾ ਮਾਰਾ ਸਾਰੇ ਲੋਕਾਂ ਨੂੰ ਦੋਸ਼ੀ ਕਰ ਰਹੇ ਆ ਜਿਵੇਂ ਅਸੀਂ ਤੁਹਾਨੂੰ ਦੱਸਿਆ ਗਾ ਵੀ ਜਿਹੜੇ ਚੈੱਕ ਆ ਉਹ ਕਹਿੰਦੇ ਵੀ ਤੁਸੀਂ ਕਿਉਂ ਖਾਲੀ ਚੈੱਕ ਦਿੱਤਾ ਸਾਈਨ ਕਰਕੇ ਪਰ ਅਸੀਂ ਚੈੱਕ ਦਿੱਤਾ ਸੀ ਆਪਦੇ ਰੇਹ ਤੇਲ ਖਾਤਰ ਤੇ ਨਗਦ ਉਹਦੀ ਖਾਤਰ ਦੇਖੋ ਕਿੱਡੀ ਵੱਡੀ ਇਹਦੇ 'ਚ ਕਤਾਹੀ ਆ ਵੀ ਜਿਹੜਾ ਰੇਹ ਤੇਲ ਦਾ ਹੈਗਾ ਗਾ
ਉਹਦਾ ਬੀ ਕੰਪੋਨੈਂਟ ਦਾ ਜਿਹੜਾ ਵਿਆਜ ਹੋਰ ਹੁੰਦਾ, ਏ ਕੰਪੋਨੈਂਟ ਦਾ ਹੋਰ ਹੁੰਦਾ, ਪਰ ਬੈਂਕ ਦੀ ਮਿਲੀ ਭੁਗਤ ਦੇ ਨਾਲ ਉਹ ਸਾਨੂੰ ਏ ਅਤੇ ਬੀ ਕੰਪੋਨੈਂਟ ਇੱਕੋ ਚੈੱਕ ਦਿੱਤੇ ਪੈਂਦੇ ਰਹੇ। ਦੂਜਾ ਜਿਹੜਾ ਸਾਡਾ ਚੈੱਕ ਹੈਗਾ ਉਹ ਸਾਡਾ ਜ਼ਰੂਰੀ ਵਸਤਾਂ 'ਚ ਲੱਗ ਕੇ ਸਾਡੇ ਨਾਲ ਫਰੋਡ ਹੋਏ ਵੀ ਨੇ। ਕਿੰਨੇ ਕੁ ਦੀ ਠੱਗੀ ਹੋ ਗਈ, ਫਰੋਡ ਦੀ ਗੱਲ ਕਰਦੇ ਹੁਣ ਤਾਂ ਕਿੰਨੇ ਕੁ ਦੀ ਠੱਗੀ ਇਹ ਸੈਕਟਰ ਨੇ ਕੀਤੀ ਹੈ? ਵੀਰ ਜਿਹੜੀ ਮਹਿਕਮੇ ਨੇ, ਇਹਨਾਂ ਦੇ ਆਡਿਟ ਮਹਿਕਮੇ ਨੇ ਹੁਣ ਰਿਪੋਰਟ ਬਣਾਈ ਆ। ਇਸ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਵੀ ਦੱਸਣੀ ਚਾਹੁੰਦਾ ਵੀ ਹਰੇਕ ਸਾਲ ਆਡਿਟ ਮਹਿਕਮਾ ਦੀ ਟੀਮ ਆ ਜਿਹੜੀ ਆਡਿਟ ਕਰਦੀ ਆ ਕਿ ਅੱਜ ਤੱਕ ਉਹਨਾਂ ਨੇ ਕੋਈ ਸਾਨੂੰ ਇਹੋ ਜਿਹੀ ਰਿਪੋਰਟ ਨਹੀਂ ਪੇਸ਼ ਕੀਤੀ ਜਿਹਦੇ 'ਚ ਉਹ ਸ਼ੋਅ ਕਰਦੇ ਹੋਣ ਵੀ ਇੱਥੇ ਗਬਨ ਹੋਇਆ ਵਾ। ਪਰ ਜਿਹੜੀ ਹੁਣ ਉਹਨਾਂ ਨੇ ਸਾਡਾ ਜਦੋਂ ਅਸੀਂ ਇਕੱਠੇ ਹੋ ਗਏ ਹੁਣ ਜਿਹੜੀ ਉਹਨਾਂ ਨੇ ਰਿਪੋਰਟ ਬਣਾਤੀ ਉਹ 7.25 ਕਰੋੜ ਰੁਪਏ ਦੀ ਬਣਾਤੀ। ਪਰ ਇਹ ਸਾਨੂੰ ਇੰਨਾ ਕੁ ਅੰਦਾਜ਼ਾ ਜ਼ਰੂਰ ਹੈਗਾ ਵੀ ਜਿਹੜਾ ਗਬਨਾ 7.25 ਕਰੋੜ ਦਾ ਨਹੀਂ ਹੋਣਾ, ਕਿਉਂਕਿ ਇੰਨਾ ਕੁ ਤਾਂ ਸਾਡਾ ਸਾਰਾ ਹੀ ਸਭਾ ਦਾ ਦੇਣ ਲੈਣਾ। ਅਸੀਂ ਸਾਡੇ ਲੋਕਾਂ ਨੇ ਜਿਹੜੇ ਪੈਸੇ ਭਰਨੇ ਆ ਉਹ ਮੰਨ ਰਹੇ ਹਾਂ ਅਸੀਂ ਵੀ ਜਿਹੜੇ ਜਾਇਜ਼ ਅਸੀਂ ਲੈਤੇ ਵੀ ਭਰਨੇ ਆ ਉਹ। ਸਾਡਾ ਅੰਦਾਜ਼ਾ ਵੀ ਜਿਹੜਾ ਗਬਨਾ ਇਹ 3 ਕਰੋੜ ਦਾ ਹੋ ਸਕਦਾ, 7.5 ਦਾ ਅੰਦਾਜ਼ਾ ਇੱਥੇ ਜੇ ਹੋਣਾ ਚਾਹੀਦਾ। ਇੱਕ ਗੱਲ ਦੱਸਿਓ, ਜਦੋਂ ਤਾਂ ਕੋਈ ਮਹਿਕਮੇ ਨੇ ਕੰਮ ਕਰਨਾ ਹੁੰਦਾ ਉਹ ਤਾਂ ਕਹਿੰਦੇ ਕਿ ਜਿਹੜੀ ਕਮੇਟੀ ਉਹਦੇ ਕੋਲ ਇੰਨੀ ਪਾਵਰ ਨਹੀਂ ਦਿੰਦੇ ਕਿ ਜੋ ਸੈਕਟਰੀ ਨੂੰ ਸਸਪੈਂਡ ਕਰਨਾ, ਬਹਾਲ ਕਰਨਾ, ਹਾਲਾਂਕਿ ਪਾਵਰ ਕਮੇਟੀ ਕੋਲ ਹੁੰਦੀ ਹੈ। ਅਤੇ ਜਦੋਂ ਹੁਣ ਕਾਰਵਾਈ ਕਰਨੀ ਹੈ ਤਾਂ ਉਹ ਕਮੇਟੀ 'ਤੇ ਕਰਤੀ ਅਫਸਰਾਂ ਦੀ ਬਜਾਏ। ਵੀਰ ਜੀ, ਇਹ ਜਿਹੜਾ ਗੱਠਜੋੜ ਆ ਨਾ, ਇਹਨਾਂ ਦਾ ਇਹ ਬਣਿਆ ਵਾ ਇੱਕ ਪਹਿਲਾਂ ਤੋਂ ਸੈਕਟਰੀਆਂ ਦਾ ਅਤੇ ਮਹਿਕਮੇ ਦਾ ਕੋਈ ਜਿਹੜੀ ਕਮੇਟੀ ਆ ਉਹਦੇ ਕੋਲ ਕੋਈ ਇਹ, ਪਹਿਲੀ ਗੱਲ ਤਾਂ ਜਦੋਂ ਜਿਸ ਦਿਨ ਚੋਣ ਹੁੰਦੀ ਆ ਉੱਥੇ ਜਿਹੜੇ ਹੁਣ ਪਿੰਡਾਂ ਤੋਂ ਆਪਣੇ ਚੁਣੇ ਜਾਂਦੇ ਆ ਮੈਂਬਰ, ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਵੀ ਚੁਣੇ ਜਾਂਦੇ ਆ, ਪਹਿਲਾਂ ਤਾਂ ਇਹਨਾਂ ਦਾ ਸਭ ਤੋਂ ਵੱਡਾ ਅਧਿਕਾਰ ਜਿਹੜੇ ਉੱਥੇ ਚੋਣ ਕਰਾਉਣ ਜਾਂਦੇ ਆ ਉਹ ਉਹਨਾਂ ਨੂੰ ਸ਼ਰਤਾਂ ਦੱਸਣੀਆਂ ਚਾਹੀਦੀਆਂ ਜਾਂ ਉੱਥੇ ਲਿਖ ਕੇ ਲਾਉਣੀਆਂ ਚਾਹੀਦੀਆਂ ਵੀ ਤੁਹਾਡੇ ਕੀ ਅਧਿਕਾਰ ਨੇ, ਜਾਂ ਉਸ ਤੋਂ ਬਾਅਦ ਜਦੋਂ ਚੋਣ ਹੋ ਕੇ ਕਮੇਟੀ ਚੁਣੀ ਗਈ ਜਦੋਂ ਇਹਨਾਂ ਨੂੰ ਪਤਾ ਵੀ ਕਰੋੜਾਂ ਰੁਪਈਆਂ ਦਾ ਜਿਹੜਾ ਕਮੇਟੀਆਂ ਨੇ ਹਿਸਾਬ ਕਿਤਾਬ ਦੇਖਣੇ ਨੇ, ਬੈਂਕ ਦਾ ਹਿਸਾਬ ਕਿਤਾਬ ਵੀ ਇਹ ਕਹਿੰਦੇ ਕਮੇਟੀਆਂ ਦੇਖੋ, ਇਹਨਾਂ ਦੇ ਮਹਿਕਮੇ ਦਾ ਹਿਸਾਬ ਕਿਤਾਬ ਵੀ ਕਮੇਟੀਆਂ ਦੇਖਣ, ਤਾਂ ਫਿਰ ਉਸ ਤੋਂ ਬਾਅਦ ਕਿਉਂ ਨਹੀਂ ਕਮੇਟੀਆਂ ਦੀ ਕੋਈ ਟ੍ਰੇਨਿੰਗ ਲਾਉਂਦੇ? ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਕਮੇਟੀ ਜਿਹੜੀ ਕਮੇਟੀ ਨੂੰ ਕੋਈ ਟ੍ਰੇਨਿੰਗ ਦਿੱਤੀ ਹੋਈ ਇਹਨਾਂ ਦੇ ਅਫਸਰਾਂ ਨੇ। ਜਦੋਂ ਚੋਣ ਹੋ ਗਈ ਘੱਟੋ ਘੱਟ ਉਸ ਤੋਂ ਬਾਅਦ ਹੀ ਇਹ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਜਿਹੜੇ ਦੱਸਣ। ਨੰਬਰ 1 ਨੰਬਰ 2 ਵੀਰ ਜੀ, ਇਹ ਜਿਹੜਾ ਮਹਿਕਮਾ ਹੈਗਾ ਸਾਡੀ ਸਭਾ ਦੇ ਵਿੱਚ ਹਰੇਕ ਸਾਲ ਲਗਭਗ ਫੰਕਸ਼ਨ ਰੱਖਦਾ ਹੁੰਦਾ ਸੀ, ਉਹਦੇ ਵਿੱਚ ਜਿਹੜੇ ਸਾਡੇ ਸੈਕਟਰੀ ਨੂੰ ਸਾਡੇ ਲੋਕਾਂ ਨੂੰ ਉੱਥੇ ਇਕੱਠ ਵੱਡਾ ਰੱਖ ਕੇ ਉੱਥੇ ਖਾਣ ਪੀਣ ਦੇ ਪਕੌੜੇ ਜਲੇਬੀਆਂ ਦਾ ਲੰਗਰ ਵੀ ਚੱਲਦਾ ਹੁੰਦਾ ਸੀ, ਸਾਡੀ ਸਭਾ ਨੂੰ 1 ਨੰਬਰ ਸਭਾ ਦਾ ਇੱਕ ਖਿਤਾਬ ਦੇ ਕੇ ਆਉਂਦੇ ਰਿਹਾ, ਉਹਦੇ ਸਾਡੇ ਕੋਲ ਪ੍ਰੂਫ ਫੋਟੋਆਂ ਹਾਲੇ ਤੱਕ ਵੀ ਪਏ ਨੇ। ਜਿਹੜਾ ਮਹਿਕਮੇ ਦੇ AR ਹੁੰਦੇ ਸੀ, ਇੰਸਪੈਕਟਰ ਹੁੰਦੇ ਸੀ, ਸਾਰੇ ਜਾ ਕੇ ਤਾਂ ਉਹ ਜਿਹੜਾ ਇਹਨੂੰ 1 ਨੰਬਰ ਸਭਾ ਦੇ ਸਾਨੂੰ ਖਿਤਾਬ ਦਿੰਦੇ ਰਹੇ ਆ, ਪਰ ਅੰਦਰੋਂ ਜਿਹੜੇ ਰਲ ਮਿਲ ਕੇ ਸਾਡੇ ਲੋਕਾਂ ਨਾਲ ਜਿਹੜੀ ਉਹ ਠੱਗੀ ਮਾਰਦੇ ਸੀ, ਹੁਣ ਜਦੋਂ ਲੋਕ ਇਕੱਠੇ ਹੋ ਗਏ ਹੁਣ ਉਹ ਚੀਜ਼ ਇਹਨਾਂ ਨੂੰ, ਕਿਉਂਕਿ ਆਪਦਾ ਮਾਸ ਬਚਾਉਣਾ ਔਖਾ ਹੋਇਆ ਪਿਆ, ਇਹ ਹੁਣ ਜਿਹੜਾ ਸਾਰਾ ਮਸਲਾ ਗਾ ਕਿਸੇ ਨਾ ਕਿਸੇ ਵਿੰਗੇ ਟੇਢੇ ਢੰਗ ਤਰੀਕੇ ਨਾਲ ਇਹ ਮਤਲਬ ਲੋਕਾਂ 'ਤੇ ਪਾਉਣਾ ਚਾਹੁੰਦੇ। ਜਿਵੇਂ ਕਿੰਨੇ ਦੇ ਨਾਲ ਵੱਜੀ ਠੱਗੀ, ਕਿੰਨਾ ਕਿੰਨਾ ਦੇ ਨਾਲ ਵੱਜੀ? ਵੀ ਜੀ, ਟੋਟਲ ਮੈਂਬਰਾਂ ਨਾਲ, ਜਿੰਨੇ ਜੇ ਇੱਥੇ 95% ਮੈਂਬਰਾਂ ਦੇ ਨਾਲ ਕੋਈ ਨਾ ਕੋਈ ਠੱਗੀ ਜਾਂ ਜ਼ਰੂਰੀ ਵਸਤਾਂ ਫੀਡ 'ਚ ਜਾਂ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜਾ ਇਹ ਕੰਪੋਨੈਂਟ ਨਾਗਦ ਕੈਸ ਆ ਉਹ ਜਿਹੜਾ ਵੱਧ ਨਿਕਲਿਆ ਵਾਗਾ। ਫੈਕਟਰੀ ਕਿਹੜੇ ਪਿੰਡ ਦਾ? ਸਾਡੇ ਪਿੰਡ ਦੀ ਹੈ ਜੀ, ਖਾਸ ਕਰਕੇ ਭੱਖੋਕੇ ਦਾ ਜੀ। ਹਾਂਜੀ, ਫੈਕਟਰੀ ਜਦੋਂ ਤੁਸੀਂ ਦੇਖਿਆ ਪ੍ਰਮੋਟ ਹੋਇਆ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਪਿੰਡ 'ਚ ਬੰਦਾ ਕਿੰਨੇ ਕੁ ਪਾਏਦਾਰ ਆ, ਕਿੰਨਾ ਕੁ ਪੈਸੇ ਵਾਲਾ ਹੈ। ਜਦੋਂ ਆਹ ਠੱਗੀਆਂ ਮਾਰੀਆਂ ਉਸ ਤੋਂ ਬਾਅਦ ਕੋਈ ਇਹਦੀ ਜਿਵੇਂ ਜਾਇਦਾਦ 'ਚ, ਜ਼ਮੀਨ 'ਚ ਕੋਈ ਕੋਠੀਆਂ 'ਚ ਵਾਧਾ ਹੋਇਆ? ਵੀਰ ਜੀ, ਇਹਨੇ ਜ਼ਮੀਨ ਬਣਾਈ ਆ 2017 ਦੇ ਵਿੱਚ ਤੋਂ ਲੈ ਕੇ ਹੁਣ ਤੱਕ ਇਹਨੇ 11-12 ਕਿੱਲੇ ਜਿਹੜੇ ਹੈਗੇ ਮੁੱਲ ਖਰੀਦੇ ਨੇਗੇ, ਹੋਰ ਵੀ ਐਸੋ ਰਾਮ ਦੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਖਰੀਦੀਆਂ ਨੇ। ਪਰ ਉਹਦੇ 'ਚ ਕੀ ਸੀ ਨਾ ਵੀ ਜਿਹੜਾ ਇਹਨਾਂ ਦਾ ਪਰਿਵਾਰ ਸੀਗਾ ਉਹ ਸਾਰਾ ਪਿੰਡ ਜਿਵੇਂ ਇੱਕ ਆਪਣੇ ਆਮ ਇੱਜ਼ਤਦਾਰ ਪਰਿਵਾਰ ਹੁੰਦੇ ਆ ਉਹੋ ਜਿਹਾ ਸੀ। ਇਹਨਾਂ ਦੇ ਚਾਚਾ ਕਨਗੋ ਨੇਗੇ, ਚਾਚਾ ਮਤਲਬ ਕਨਗੋ ਰਿਟਾਇਰ ਹੋਏ ਵੇ ਨੇ ਜੀ, ਉਹਨਾਂ ਦਾ ਵੀ ਲੋਕ ਸਤਿਕਾਰ ਮੰਨਦੇ ਸੀਗੇ। ਜੇ ਕੋਈ ਗੱਲ ਚੱਲਦੀ ਵੀ ਸੀ ਜਿਵੇਂ ਤੁਸੀਂ ਕਿਹਾ ਵੀ ਜਾਇਦਾਦ ਜਦੋਂ ਖਰੀਦਦਾ ਸੀ, ਇਹਨਾਂ ਦਾ ਸਾਰਾ ਪਰਿਵਾਰ ਇੱਥੋਂ ਤੱਕ ਕਿ ਇਹਦਾ ਸਕਾ ਭਰਾ ਵੀ ਇਹ ਕਹਿੰਦਾ ਰਿਹਾ ਵੀ ਜਿਹੜੀ ਇਹ ਜ਼ਮੀਨ ਆ ਇਹਦੇ ਜਿਹੜੇ ਸਹੁਰਾ ਪਿੰਡ ਪਰਿਵਾਰ ਆ ਉਹ ਬਾਹਰ ਕੈਨੇਡਾ ਦੇ ਵਿੱਚ ਸੈੱਟ ਆ, ਉਹ ਪੈਸੇ ਭੇਜਦਾ ਵੀ ਅਸੀਂ ਪੈਸੇ ਭੇਜਦਾ ਤੂੰ ਆਪਦੀਆਂ ਇੱਥੇ ਜ਼ਮੀਨਾਂ ਬਣਾ। ਇੱਕ ਹੋਰ ਗੱਲ ਆ ਵੀਰ ਜੀ, ਇਹ ਦੋ ਭਰਾ ਨੇ, ਦੋਨੇ ਇਕੱਠੇ ਨੇ, ਉਹ ਦੂਜਾ ਭਰਾ ਇਹਦਾ ਖੇਤੀ ਕਰਦਾ, ਜੋ ਜ਼ਮੀਨ ਇਹਨੇ ਖਰੀਦੀ ਆ ਉਸ ਤੋਂ ਬਾਅਦ ਜਾਂ ਇਹਨੇ ਆਪਦੀ ਵਾਈਫ ਦੇ ਨਾਮ ਕਰਵਾਈ ਆ ਜਾਂ ਇਹਨੇ ਆਪਦੇ ਨਾਮ ਕਰਵਾਈ ਆ। ਜਦੋਂ ਇਹਦੇ ਭਰਾ ਨੇ ਨਹੀਂ ਰੌਲਾ ਪਾਇਆ ਤਾਂ ਲੋਕਾਂ ਨੂੰ ਵੀ ਇਹ ਹੋ ਗਿਆ ਵੀ ਯਾਰ ਇਹਦੇ ਬਾਕੀ ਹੋ ਸਕਦਾ ਸਹੁਰੇ ਉੱਧਰੋਂ ਬਾਹਰੋਂ ਕਾਰੋਬਾਰ ਉਹਨਾਂ ਦੇ ਸੈੱਟ ਆ ਵੀ ਉਹ ਪੈਸੇ ਭੇਜਦੇ ਹੋਣਗੇ ਵੀ ਤੂੰ ਇੱਧਰ ਜਾਇਦਾਦ ਬਣਾਈ ਚੱਲ। ਉਹ ਤਾਂ ਸਾਨੂੰ ਜਦੋਂ ਹੁਣ ਪਿਛਲੇ ਸਾਲ ਸਾਨੂੰ ਪਤਾ ਲੱਗਿਆ ਵੀ ਸਾਡੀਆਂ ਜਿਹੜੀਆਂ ਫਰੋਡ ਜਿਸ ਤਰ੍ਹਾਂ ਸਾਡੇ ਨਾਲ ਹੋ ਰਹੇ ਨੇ, ਫਿਰ ਅਸੀਂ ਜਾ ਕੇ ਜਦੋਂ ਉਹਦਾ ਮੁੱਦਾ ਚੱਕ ਕੇ ਅਸੀਂ ਮਹਿਕਮੇ ਕੋਲ ਆਏ ਹਾਂ ਤਾਂ ਫਿਰ ਮਹਿਕਮੇ ਨੇ ਮਤਲਬ ਕਾਰਵਾਈ ਸ਼ੁਰੂ ਕੀਤੀ ਕੁਛ, ਪਰ ਹੁਣ ਉਹ ਕਾਰਵਾਈ ਵੀ ਹੋਰ ਪਾਸੇ ਲਿਜਾ ਕੇ ਸਾਡੇ ਲੋਕਾਂ ਨੂੰ ਹੀ ਦੋਸ਼ੀ ਕਰ ਰਹੇ ਨੇ। ਇੱਕ ਦਿਨਾਂ ਤੋਂ ਇੱਥੇ ਬੈਠੇ ਹੋ, ਕੋਈ ਆਇਆ ਮਿਲਣ ਅਧਿਕਾਰੀ, ਕੋਈ ਕੁਛ, ਕੋਈ MLA ਮਿਲਣ ਆਇਆ? ਵੀਰ ਜੀ, ਸਾਡਾ ਜਿਹੜਾ ਧਰਨਾ ਹੁਣ 21 ਦਿਨਾਂ ਦਾ ਹੈਗਾ, ਪਰ ਜਿਸ ਦਿਨ ਫਰਵਰੀ 2022 ਤੋਂ ਸਾਡਾ ਸੁਸਾਇਟੀ ਦੇ ਵਿੱਚ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਧਰਨੇ ਚੱਲ ਰਹੇ ਸੀ, ਇਸੇ ਸਾਲ ਅਸੀਂ ਫਰਵਰੀ ਮਹੀਨੇ ਦੇ ਵਿੱਚ AR ਦਫ਼ਤਰ ਇਹਨਾਂ ਦਾ ਫਰਵਾਹੀ
हुण भी जिहड़ियां सानू साडियां 17 मेन मंगां दे विचों साडे नाल डीआर साहब की मीटिंग करवाई सी प्रशासन ने, पर उहदे च की आ वी जिहड़ियां साडियां दो मंगां ही मन्नियां गईआं, जिहड़ियां उह असीं मंगियां जिहड़ियां कोई खास भी है नहीं सीगियां। 17 मंगां दे विचों 13 ते 14 नंबर ते मंगां सी उह, इक तां इह सानू कहिंदे वी तुहाडी जिहड़ी कमेटी उह बहाल कर दिंदे आ, एक जे कोई कमेटी ने असीं जिहड़ियां जमीनां अटैच कीतियां जिहड़ियां उह घट कर दिंदे आ, किला किला रख के बाकी जिहड़ियां जमीनां छड्ड दिंदे आ गे। पर असीं इहनां नूं पुछणा चाहुंदे आ वी जदों कमेटी तुसीं भंग कीती सी उदों कमेटी का की दोष सी, हुण तुसीं कमेटी बहाल करना चाहुंदे हो, हुण कमेटी ने की पुन्न वाला काम करता जिहड़ा हुण बहाल करना चाहुंदे हो, जां साडियां जमीनां पहलां क्यों तुसीं सारियां सारियां ते नोट चढ़ाए बिना देखे पढ़े तों हुण क्यों छड्डना चाहुंदे हो। उहनां दा भी इही मकसद आ वी जे कमेटी नूं आपां विच्चों पट लईए तां जिहड़ा लोकां दा इकट्ठ आ इह पाटो झीट हो जाए, तां जिहड़ा इहनां दा लोकां दा इकट्ठ इहनां नूं नखेड़न दे मारण इह दो मंगां मन्नियां। बाकी जिवें असीं कहा गा वी जिहड़ा साणूं कोई डिफाल्टर ब्याज लग रिहा गा उह वी इहनां दे करके लग रिहा, क्योंकि तफतीश तां महिकमे ने करनी आ, महिकमा चाहे 2 साल नाल तफतीश करे जां 5 साल नाल करे, साडे जिहड़े जायज़ पैसे आ असीं डीआर साहिब नूं कहा सी वी असीं भर दिंदे आ जी, सानूं उह दुबारे एडवांसमेंट करवा दिओ उस पैसों दी, महिकमा उस चीज़ तों भी जवाब दे गया, सानूं डिफाल्टर ब्याज तों भी कोई रिलैक्सेशन नहीं दित्ती जा रही, मतलब की है भी महकमा साढ़े उल्टी उल्ट चल रहा, कोई सानू हक की गल नहीं कर रहा। 18 लाख की ठगी की गल किहड़ी माता नाल होई सी? आ माता, हाँ जी माता, की मामला सी? मेरा इदा आ 6 कनाल जमीन सी वह मैं दिती, 2 कनाल वह 6 कनाल जमीन दे के मैं स्टैटी जमा कराती हूँ, 18.5 लाख। हाँ जी, मेरे 2 कमरे से वह भी सारे चाहते आ पुराने आ कमरे, आदमी की डैथ हो गई इस करके भी गर्मी सी, मैं क्या मोहरे 4 पैसे बन जाओगे मैं अपना छत पा लूँगी। उन्होंने की किया कहें 6 महीने की, मैं क्या 6 महीने की प्रॉपर्टी लिखानी है, कहें 6 महीने का तेरा कुछ नहीं बनना, तू साल का करा ला। मैं चल, मैं जिदा तुम कहने मैंने चाची सदा, मैं जिदा तुम कहने मैं उदा ही कर दी हाँ। इन्होंने वह नहीं मुनी, फिर मैं गई स्टैटी के पैसे लैन, कहना भाई अज दिना आ तेनों कल दिना, मैनू इन्हें चक्कर बोर कढ़ाए। उतों जाके मेरा नाल भतीजा सगा तो बैंक चल गए कैंचियों की बैंक च, उत्थे मेरा इन्हें खाता खिलाता, उत्थे मैं सारा दिन बैठी रही, उत्थे आया नहीं, कहिंदा मैं इत्थे आ जाऊँगा तू इत्थे बह जा, खाता खिलाता, कहिंदा मेरा पुत पैसे दूगा वो तेरे खाते च पा दूगा। उन्होंने कोई पैसा नहीं दिता, कोई खाता नहीं खिलाया, कोई कुछ नहीं किया। फिर इन्हां दे मैं घर गई, मैंने तो तरले किए भी माँ के पैर पै गई, मेरे को पैसा कोई नहीं, सारा कुछ मेरे को जो इन्हों देता, मेरा कोई सहारा नहीं, डेरे जानी हाँ डेरे रोटी खानी उत्थे सेवा करके आनी हाँ, मेनू कोई नहीं पुछता ना दारू नू ना पानी नू, मेरे कोई पैसा नहीं है, मैं जो कुछ सीगा इन्हां नू दिता, ये जे मेरा सुनते नहीं घर गई तो मैं इन्होंने झिड़के मार के कढ़ दिते। दवाई नू मैनू कोई पैसा नहीं, डॉक्टर लोग दवाई नहीं देंदे है, कहिंदे तेरे को पैसे है नहीं असीं कित्थों देईए, हस्पताल जानी हाँ वो लिख देंदे आ। फिर मैं उन्होंने भी कहनी हाँ भैन जी मेरे को पैसा नहीं कोई भी, तुसीं मैनू दवा दे दिओ, वो कहिंदे असीं कित्थों तैनू दवा देईए, सर जिथे जानी मैनू झिड़के मारदे आ, जो मैं हस्पताल काम करती सी नौकरी हस्पताल जानी प्राइवेट जानी वो कहिंदे तेरे तो भाई हुण काम नहीं होना, सट्टां लगियां पईआं मेरे तो चल जाने जांदा, टूई टुट्टी पई आ, मैं मजबूरी ते आनी, वो कहिंदे तू रैसट कर, पेटी लगी वो मैनू दवाई नू दवे मसल नू दवाई नू पैसा नहीं कोलेगा, बड़े दिन तरले मिन्नतां कीतियां। फिर मैं कहा तुसीं मैनू राशन पानी दे दिओ, घर भी चल मैं रोटी खाण जोगी हो गई, लोग डेरे गुरुद्वारे दिंदे आ, मैं जाके डेरे गुरुद्वारे चों खानी आ। मेरी यही बेनती आ भी मेरे पैसे दिते जाण, सिर ते बंदा नहीं, मेरा कोई सहारा नहीं है, मैं कहने कोई मैनू पुछदा नहीं हो, कोई नहीं मैनू पुछदा, एक दो हैगे इत्थे उन्होंने मैनू राशन पानी दिता, मैं सातो कोई पैसा नहीं, भरा भी मैनू बोलिया कहने तुहानू धरने वाले जिन्हां दे मगर लगी धरने वाले देन वो कादियां वाले देन जां गवर्नमेंट दो, कहिंदा साडे कोई पैसा नहीं, मैं क्या पुत मैं डेरे जा गुरुद्वारे उत्थे जांदी सी मत्था टेकन शिवां दे, मैं क्या पुत दे मेरे झोली भर दे तेरे पैरी पैनी है, मेरे पैसा नहीं कोल, मैं बड़ी औखी हाँ मेरा तो कोई सहारा नहीं, कहिंदा सातो नहीं है तैनू गवर्नमेंट दो जां तैनू आह धरने वाले जिन्हां दे स्टैटी वाले जाने तू, उन्होंने मैनू आप जवाब दिता। फिर मैं उतों आ गए, उस तो बाद मैंने फिर कहा भी चल जा, मैं फिर जाके आई, मैं कहा मैंने आटा पानी तो कुछ दे दियो, मेरे को कुछ नहीं है, इसलिए तुम जाके देख लो मेरे घर कुछ नहीं है, कुछ नहीं मेरे घर छत्तां चौंदियां 3 महीने मैं कुड़ी को ला के आई हाँ, उसे मिट्टी पाने नूं भी है नहीं भी कोई मिट्टी उत्ते पा दे टैल जी, पुट्ठा बोलते हैं उन्होंने यही मैनू पुट्ठा बोलिया, असीं कित्थों देईए, कहिंदे तू गौरमेंट दोगी, हुण गौरमेंट दे हवाले हो गए गौरमेंट दो, मैं पुत तुहाडे मरे यही बेनती करदी मेरा तो कोई हीला कर दो, मेरे को घर जाके देख लो मेरे को कुछ नहीं हैगा,
मेरे पैसे दिते जा, मेरा कोई सहारा नहीं है। गली गुआंढ ने नहीं पुछे, सच्ची गल आ बूटा खड़ा भी इन्होंने राशन कितने मैं राशन जो दिता कद मुके आया कदी मैं धी को रहा तीन तीन महीने मैं धी को ला के आनी मेरा मां बाप भी मर गया एक भाई सी वह भी मर गया मैं बेसहारा ही हुई पी हाँ कुड़ी आ मेरा सहारा खाती है वो को जानी वो को आनी और मेरा कोई है नहीं हो मेरे तो पैसे दिते जा मैं अगर बेनती कर दी मेरा घर देखा जाए आके छत चुंदियां आ टैल बाला इटा मिट्टी भी कोई नहीं पाता मैं बथेरा क्या भी मेरे उत्तर छत्तों की मिट्टी पा दौ मैं बसन जोगी हो जा तीन तीन महीने रह के आनी मैं मेरे को कुछ नहीं है जो कुछ भी यही सगा मैं यही बेनती थोड़े मूहरे कर दी हाँ भी मेरे पैसे दिते जा मैं घर बैठी रोटी खाव बस यही अरदास मेरी तो मेरे पैसे दिते जान पुत्र तुहाड़ियां लंबियां उम्र होण मेरी उम्र भी तुहानू लग जाए मेरे पैसे दवा दिओ मैं घर बैठी रोटी खावां कम नहीं हुंदा मेरे तो नौकरी कोई मिलती नहीं मैनू कहिंदे ते तो होणी है टूई टुट्टी पई है डिगी सी चक्कर खा के डिग पई आ लत्त नहीं चलदी ये हुण मजबूरी ते आनी आ धरनी ते अगले कहना पैसे दे भी इत्थे पड़दी नहीं आ के मैं मजबूरी तो आनी मैं मजबूर हाँ जो कोई पैसा नहीं मेरे को है कोई पुछना नहीं दुध भी देखो हरेक चीज़ मुलनी एक घरों मेनू दुध दे देते पाई आ मैं दुध लिया के टाइम पास कर दी आप और मेरे को राशन पानी नहीं आटा जहाँ मिलता है कणक का जो मेरे को होर मेरे को कुछ नहीं है खर्च पानी कि वाहेगुरू जी का खालसा वाहेगुरू जी की फतेह। मैं एक मजदूर बंदा जी मैं मिस्त्रियों नाल दिहाड़ियां करदा ठेके ते भी कम करदा मिस्त्रियों नाल मेरा तकरीबन 2 लाख की एफ डी आ 75,000 मेरा खुला खाते चा तकरीबन मेरा विश्वास बनया वैसे मेरे बापू ने इत्थे पैसे धराए सोसाइटी दे विच पिंड दे विच जदों भी कोई पैसा हुंदा सी मेरे कोल मेरा बापू धरे आउंदा सी जां मैनूं लोड़ पैंदी सी तां मैं कढ़ा लिआउंदा सीगा इस तरह विश्वास बनया वैसे काफ़ी समय तो इन्हां ने काफ़ी तकरीबन 1.5 साल तो कोई सानू नहीं सी पता भी इस तरह घपला चलता सोसाइटी से असी नहीं कढ़ाए पैसे तो बाद जो इस तरह घपला हो गया तो असी पैसा कढ़ाने की कोशिश करी पर फिर कुछ भी हाथ नहीं पल्ले पाया तो अज असी दर दर दियाँ ठोकर खाने लई मजबूर हाँ। मेरी कुड़ी 21 साल की आ जिदा मैं ब्याह करना गा मैनू मजबूर पता नहीं की होगा मेरे नाल अगे जाके क्योंकि मैं बहुत तकलीफ ना काम किया मजदूरी तुहानू पता है तां इटां चढ़ाउणियां दूजी मंजिल ते तीजी मंजिल ते 10-10 इटां मैं सिर ते चक के हाँ जी हाँ जी मैं एक मजदूर बंदा मिस्त्रियों नाल तां इटां चढ़ाउण दा मैं कल्ली नहीं सी 5 जणे सी मेरे नाल जिन्हां ने पैसे धरे आ कंप्यूटर जे इन्होंने पाए नहीं उत्थे लिख लिखाई आ मेरी कापी पक्की रसीद करती आ रसीदा मेरे को सही पर्चियां भी मेरे को पर कंप्यूटर च नहीं तरह है गए मैं कल्ली होव तो बंदा कहे भी इदा मेरे ना ठगी मोदी की फैक्ट्री च भी मोदी की उत्थे बजी है मेरे ना बैंक च 20,000 जमा करा गई थी 20,000 की मैंने कोई परची नहीं दिती कोई लैना देना जो लैन गई तो मैंने झिड़के मार के कड़ता कहता माई तू इतने रौला पाई जानी निकल बार मैं क्या मैं कहते निकला आ रसीद है मैं क्या कापी मेरे को मेरे तुम पैसे दे दौ एक जिडा मुंडा से कहता निकल मैं उन्होंने धक्का मारे उन्हें मैनू मारे मैं क्या मैं जाती नहीं फिर कहता थाने मैं क्या थाने मैं जानी हूँ कहता थाने की तेरे को दुगने पैसे थाने वाले ने ले मैं डरती गई नहीं भी कल्ली कैरी करके मैं डरती गई नहीं मोदी जी बिच जेड़ा उन्होंने पैसे रखे मेरा 20,000 रुपये उन्होंने रख लिया वो भी नहीं मिलता है सारे पास धोखा मिलता है कोई नहीं आ जाओ सारे नए हो इधर आओ ਤੁਹਾਡਾ ਕਿੰਨਾ ਜੀ ਮੇਰਾ 4.5 ਲੱਖ ਰੁਪਈਆ ਜੀ ਭਰਜਾਈ ਦੇ ਆ ਮੇਰੇ ਕੋਲ ਵਿਧਵਾ ਗਈ ਉਹ ਅਤੇ ਮੇਰੀ ਮਾਤਾ ਦੇ ਵੀ ਆ ਤਕਰੀਬਨ ਇਹਨਾਂ ਨੇ ਸਾਰਿਆਂ ਨੇ ਦੱਸ ਹੀ ਦਿੱਤਾ ਬਹੁਤ ਗਰੀਬ ਲੋਕ ਨੇ ਜਿਨ੍ਹਾਂ ਦੇ ਪੈਸਾ ਇਹ ਸਟੇਡੀਅਮ ਵਿੱਚ ਪਿਆ ਹੈਗਾ ਸਾਡਾ 4,49,000 ਰੁਪਈਆ ਜੀ ਹਾਂ ਸਾਡਾ ਤਾਂ ਕਾਪੀ 13 ਵੇਰੀ ਕਰੀ ਆ ਜੀ 1.5 ਲੱਖ ਦੀ ਕਰੀ ਵੀ ਆ ਸਾਡੇ ਤਾਂ ਜੀ ਫੀਡ 'ਤੇ ਪਾਏ ਹੋਏ ਆ ਜੀ ਦੋਹਾਂ ਸ਼ਹਿਰਾਂ 'ਤੇ ਜੀ 80 ਪਾਇਆ ਪਿਆ ਮੇਰਾ ਜੀ 80,000 ਰੁਪਇਆ ਸਬਸਿਡੀ ਦਾ ਹਾਂ ਜੀ ਉਹ ਕਢਾ ਕੇ ਖਾ ਗਿਆ ਮੇਰਾ ਜੀ 5.5 ਲੱਖ ਰੁਪਇਆ ਬੋਲ ਪਏ ਜੀ ਤੁਹਾਡਾ ਜੀ ਸਾਡਾ 1,55,000 ਜੀ ਹਾਂਜੀ 40,000 ਫੀਡ ਆ ਜੀ 40,000 ਫੀਡ ਦਾ ਜੀ ਫੀਡ ਦਾ ਹਾਂਜੀ
96,600 नकद पाया वा जी 40,000 फीड का। मेरे दो खाते सेम ही चली जाते, दो खाते पता नहीं मेरे अपने बराबरी मेरे नाते दो चलाई जाता। लै उधरों लैन देन करी जा, उधरों लै मैं कुछ नहीं लेंदा दिंदा, खाद नहीं लेंदा। लै फीड दोनों की पाई पई है, हूँ तो 3,00,000 के नेड़ तेड़ होगा। 1,61,000 85,000 तो नेड़। बजुर्गों की सबसिडी है 1,05,000, बाकी 3 कापियां 40,000 की फीड उन्हों पर है। हाँ जी, बाकी हैगा 60,000 एक तो ज़्यादा कैसकट आया, एक तो 40,000 जी। जिहड़ा खाता जिहड़ा चलता मेरा जाली है, पता नहीं किवें 1,60,000 का, वो तो जो सबसिडी आँदी है वो आप ही खाई जाता, आप ही चलाई जाता, मैनू वो बारे कोई ज्ञान। हाँ जी, 9,000 का मेरा घपला। बाकी एक ये जिहड़े भी ने घपले किए आ, जिवें एक साढ़े को चैक ने, 10 चैक ने, उन्होंने चैकों के उपर नंबर की कटिंग है, खात्या की कटिंग है। तो वो बैंक मैनेजर ने इनू चिट्ठी लिखी, सैकटरी ही चिट्ठी क्ढन की सोची, उन्हें जबकि बैंक मैनेजर चाहिए स कि वह चिट्ठी अधिकारियों लिखता, प्रबंधक कमेटी लिखता। उन्हें यह चिट्ठी सैकटरी लिखी कि तू ये गलत काम ना कर, अगे तो अगर तू गलत काम करेगा तो मैं तेरे अपने अगे उच्च अधिकारियों सहकारता महकमे में गल कहूँगा। ये मैनेजर की तो इन्हों की मिलीभुगत सी, मैनेजर न मतलब बैंक न इन्होंने मिल के ये काम बड़ा घपला। मेरा जी चेक मैं रे कटाया ही DAP, DAP मेरी किस्त भरी भी सी, चेक मेरे उन्हें सामने 10,800 का भरया गया, 10,800 का DAP लिया, मगर उन्हें काटिंग करके उहदे ते एक दा चौका बनाया, जी 8 दी 0 बनाई, 40,000 रुपया वो फीड वाले खाते वो करता। जिहड़ा जदों मैं रेट हाँ जी सर, मेरी एक 6 लाख की FD सी, एक 7 दी, ये कहिंदा सी ब्याज ज़्यादा आ, और पहला मित्र दा तौर ते भी साढ़े लोगों ना विचरिया, तो कई चैकबुक इन्हों को ही आउंदियां, साढ़े कोले पासबुक भी आउंदियां, कईयां दियां नवियां पासबुक भी इशू नहीं कीतियां, घपले तो उन्हां च भी आउंदे आ, कईयां दियां चैकबुकों जो पहले ही चैक पट्टे हुए आए ने, तो दोषी फिर भी लोगों नूं बनाया जा रहा है। पर वो FD दे पैसे मैनूं समेत ब्याज दे के मेरे कोले प्रूफ ने, उहदियां रसीदां ने, और फिर मेरे ते FD दा लोन पाया पिया। कोई दुनिया की संस्था ही जी है भी FD वापस दे के बंदे नूं ते बाद च उहदे लोन शो करे। 40,000 आ जी फीड दा। मेरे जी दो लड़कियां दे हद करजे बने 2018 च, वह मैं जदों गेड़ा मारदा कहिंदा तेरे बने नहीं, जदों आ घपला पै गया सी, मतलब पता लग गया उत्थे लिस्ट लगी सोसाइटी दे विच, भी उदों उन्हां दा पता लग गया भी इहदे, जदों आ मतलब सम्मण गए, सम्मणा सानूं पता लग गया भी साडा तां अजे हद करजा वी नहीं बणिया, वह जाली FD अपना चैकबुकां बना के जालियां कापी बना के उन्हां दे लोन लई अपना। उन्होंने एक बच्चे तो मैं लई बैठा जी 40 अड 70 अड, एक तो 40 ते 44 लई बैठा जी। वो साढ़ा 3,88,000 मेरे फादर की डैथ तो बाद पाया, 15 की डैथ हुई है वो, तो 19 का पाया वा वो। मेरे भतीजे का जी कनेडा 4 साल हो गए गए, पर देन लेना वह चली जाता, हरेक 6 महीने देन लेन करता जी, 1,50,000 रुपया जी। मेरा जी 91,000 पाई बैठा जी, मैं 40,000 फीड का, 51,000 मेरा औंकड़ा लिया जो करजा मिलता हूँ। मैं जी सबका मैंबर 4,00,000 रुपया, 4,23,335 रुपये का मैं चेक दिता सी, तो मेरी FD कराई भी सी, मैंने वो नहीं दिते ने। मैं जी सबका सोसाइटी मैंबर महल खुरदा। हाँ, पैसे पैसे साढ़े सानू AR ने 17,00,000 पाता, पुरानी कमेटी को 85,00,000 पाता, हूँ कमेटी को न्याय पाया सानू जिन्ना पाया, बस इन्ना ही है ये।